अस्सलाम वालेकुम दोस्तों, तुसी देखदे पे हो अपना देश पंजाब टीवी ते मैं तुहाडा मेज़बान मुहम्मद नदीम खरल। सब तो पहले अपने चैनल नूं करो सबसक्राइब ते बैल आइकन दा बटन दबाओ कि मेरी हर आने वाली नवी वीडियो तुहाडे तक पहुंच सके। कोशिश हमेशा तुहाडे वीर नदीम खरल दी हमेशा कोशिश हुंदी आ अनमोल खूबसूरत तरीन और बहुत अच्छे जानवर दी वीडियो लैके हाजिर होवे। अज भी ओही रीत ओही रिवाज छड्डिया नहीं, भुल्ले नहीं असीं कोई भी गल। मजा आएगा इंशाल्लाह अज दी वीडियो वेखे। और कोई बंदा गलत कमेंट ना करे, मैं पहले दस दवा, किसी ने चीज लेनी अपनी मर्जी नाल, देनी मालक ने अपनी मर्जी नाल, मुल करे तो 15 लाख 17 लाख 40 लाख रुपया करे, हर बंदा अपनी मर्जी दा। लेकिन कमेंट हमेशा माशाल्लाह दे सारे आने चाहिए ने। मेरी रिक्वेस्ट आ, बिनती है, हाथ बन के सारे दोस्त माशाल्लाह कमेंट करन। तो जिस बंदे ने लगना होगा हीरे सिर्फ जवारी, हमेशा दी मेरी है जड़ा एक मकूला वा बड़ा मशहूर आ। नदीम खरल कहंदा कि हीरे सिर्फ जवारी लैणगे ते सुनहरे वेखणगे कि सोना खरा है या गंदा है, जो भी है ये रत्ती माटा माशा जिहड़ी काश है ना तुसीं विचों कढ़णी आ, उह तुसीं कैमरे च मेरा जानवर वेख के फिर कढ़णी आ। उस तों बाद बाकी जिहड़ियां गल्लां ने उह इस फुल गर्मी दे विच तुहाडा वीर नदीम खरल तकरीबन 70 किलोमीटर करके इक तुहाडे वास्ते अनमोल चीज कढ के लैके आया, गुलाबी रंग दा इक सफेद चिट्टा इक वैड है फ्रीजन, और फ्रीजन ही है मेरे हिसाब नाल दे, लेकिन यह है कि ਤੁਹਾਨੂੰ ਵਿਖਾਵਾਂਗਾ ਤੁਹਾਡੀ ਰੂਹ ਤੱਕ ਇਨਸ਼ਾਅੱਲਾ ਰਾਜ਼ੀ ਹੋ ਜਾਏਗੀ। ਔਰ ਤੁਸੀਂ ਇਹਨੂੰ ਇੰਨਾ ਸ਼ੇਅਰ ਕਰੋਗੇ ਕਿ ਮੇਰੀ ਇਸ ਵੀਡੀਓ ਨੂੰ ਕਿੰਨੇ ਵੀ ਲਾਈਕ ਹੋ ਸਕਦੇ ਨੇ, ਕਿੰਨੇ ਵੀ ਕਮੈਂਟ ਹੋ ਸਕਦੇ ਨੇ, ਕਿੰਨੇ ਵੀ ਸ਼ੇਅਰਿੰਗ ਹੋ ਸਕਦੀਆਂ ਨੇ, ਇਹ ਮੈਂ ਇਨਸ਼ਾਅੱਲਾ ਤੁਹਾਡਾ ਤਾਬੇਦਾਰ ਰਹਾਂਗਾ। ਇਸੇ ਤੁਹਾਡੀ ਮੁਹੱਬਤ ਨਾਲ ਹੋਣਾ ਸਾਰਾ ਕੁਝ। ਤੇ ਜਨਾਬ ਬਿਲਾ ਤਖੀਰ ਵੀਡੀਓ ਦਾ ਆਗਾਜ਼ ਕਰਦੇ ਹਾਂ, ਤੁਹਾਨੂੰ ਵਿਖਾਉਂਦੇ ਅੱਜ ਇੱਕ ਅਬਲਕ ਸਫੈਦ ਨਸਲ ਦਾ, ਇੱਕ ਬਿੱਲੀ ਰੰਗ ਅੱਖਾਂ ਵਾਲਾ, ਸੋਹਣੀਆਂ ਚਿੱਟੀਆਂ ਅੱਖਾਂ ਵਾਲਾ ਇੱਕ ਵਿਹੜਾ, ਇਹ ਜਿਹੜਾ ਟਾਹਲੀ ਦੇ ਥੱਲੇ ਖੜਾ ਹੈ ਔਰ ਮਾਲਕ ਉਹਦੀ ਨੱਟ ਫੜ ਕੇ ਖੜਾ ਹੈ। ਮੈਂ ਮਾਲਕ ਨੂੰ ਰਿਕੁਐਸਟ ਕਰਾਂਗਾ ਕਿ ਇਹਨੂੰ ਤੋੜ ਕੇ ਵਿਖਾਵੇ, ਔਰ ਇਹ ਸਾਰਾ ਸਫੈਦ ਹੈ, ਪਿੱਛੋਂ ਇਹ ਵਿੱਚੋਂ ਰੈੱਡ ਹੈ, ਗੁਲਾਬੀ ਹੈ ਇਹਦੀ ਸਕਿਨ, ਥੱਲੋਂ ਗੁਲਾਬੀ ਹੈ, ਅੰਦਰੋਂ ਗੁਲਾਬੀ ਹੈ। ਇਹ ਤੁਸੀਂ ਵੇਖ ਸਕਦੇ ਹੋ ਲੱਤ ਪਤਨੀ ਮਾਰਦਾ ਕਿ ਨਹੀਂ ਮਾਰਦਾ ਇਹ ਨਹੀਂ ਮੈਨੂੰ ਪਤਾ, ਲੇਕਿਨ ਇਹ ਕਹਿੰਦੀ ਸਕਿਨ ਵੀ ਗੁਲਾਬੀ ਹੈ ਔਰ ਇਹ ਸਾਰਾ ਸਫੈਦ ਹੈ। ਮੇਰਾ ਕੈਮਰਾਮੈਨ ਇਹਦੀ ਪੂਰੀ ਤਸੱਲੀ ਕਰਵਾਉਂਦੇ ਹੋਇਆਂ ਤੁਹਾਨੂੰ ਇਹ ਨਾਯਾਬ ਅਨਮੋਲ ਔਰ ਇਹ ਨਾਯਾਬ ਬਛੜਾ ਤੁਹਾਨੂੰ ਮੇਰਾ ਕੈਮਰਾਮੈਨ ਤਸੱਲੀ ਦੇ ਨਾਲ ਦਿਖਾ ਰਿਹਾ ਹੈ। ਬਹੁਤ ਹੀ ਖੂਬਸੂਰਤ ਜਾਨਵਰ ਹੈ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਪਾਕ ਨਜ਼ਰੇ ਵੱਧ ਤੋਂ ਬਚਾਏ। ਔਰ ਮੇਰੇ ਚੈਨਲ ਅਨਮੋਲ ਮੇਰੀ ਭੈਂਸ ਤੋਂ ਬਾਅਦ ਇਹ ਇੱਕ ਅਨਮੋਲ ਬਛੜਾ ਮੇਰਾ ਕੈਮਰਾ ਮੈਂ ਤੁਹਾਨੂੰ ਦਿਖਾ ਰਿਹਾ ਹੈ। ਇਹ ਪੂਰਾ ਸਫੈਦ ਹੈ, ਇਹਦੀ ਅੱਖਾਂ ਵੀ ਸਫੈਦ ਨੇ, ਇਹਦੇ ਖੁਰ ਵੀ ਸਫੈਦ ਨੇ, ਇਹ ਖੁਦ ਵੀ ਸਫੈਦ ਹੈ, ਕਿਸੇ ਪਾਸੇ ਕੋਈ ਕਾਲਾ ਨਿਸ਼ਾਨ ਇਸ ਬਛੜੇ ਦਾ ਨਹੀਂ ਹੈ। ਮੂੰਹ ਚੂ ਚੌਗਾ ਹੈ, ਅੱਖਾਂ ਵੀ ਬਿਲਕੁਲ ਇਹਦੀਆਂ ਸਫੈਦ ਨੇ। ਮੇਰਾ ਕੈਮਰਾ ਮੈਨ ਕੈਮਰਾ ਕਲੋਜ਼ ਕਰਕੇ ਦਿਖਾਵੇ ਤੇ ਮੈਂ ਵੀ ਕੋਸ਼ਿਸ਼ ਕਰਦਾ। ਇਹ ਅੱਖਾਂ ਵੀ ਇਹਦੀਆਂ ਸਫੈਦ ਨੇ ਔਰ ਇਹ ਜਨਾਬ ਰੈੱਡ ਹੈ, ਤੁਸੀਂ ਵੇਖਦੇ ਪਏ ਜੇ ਅੰਦਰੋਂ ਇਹ ਗੁਲਾਬੀ ਹੈ ਔਰ ਇਹ ਬੜਾ ਖੂਬਸੂਰਤ ਜਾਨਵਰ ਹੈ। ਇਹ ਮੇਰੇ ਕੈਮਰੇ ਦੀ ਨਜ਼ਰ, ਮੈਂ ਇਹਦੇ ਕੋਲ ਖੜਾ, ਬੜਾ ਨਸਲੀ ਔਰ ਬੜਾ ਨਾਯਾਬ, ਤੁਸੀਂ ਦੇਖਦੇ ਪਏ ਇਹਦਾ ਕੱਦ ਕਾਠ ਔਰ ਇਹਦੀ ਸਾਰੀ ਖੂਬਸੂਰਤੀ। ਬਾਈ ਜੀ ਲੈ ਕੇ ਚੱਲੋ ਖਦਰਾ ਇਹਨੂੰ, ਇਹਦੇ ਪੈਰ ਤੱਕ ਸਫੈਦ ਨੇ ਔਰ ਇਹ ਸਾਰਾ ਟੋਟਲ ਸਫੈਦ ਹੈ। ਅਸੀਂ ਇਹਨੂੰ ਅਬਲਕ ਵੀ ਕਹਿ ਸਕਦੇ ਹਾਂ, ਅਸੀਂ ਇਹਨੂੰ ਅੰਗਰੇਜ਼ ਕਹਿ ਸਕਦੇ ਹਾਂ, ਮੈਂ ਇਹਨੂੰ ਅੰਗਰੇਜ਼ ਦਾ ਨਾਮ ਦੇਵਾਂਗਾ। ਇਹ ਸਾਡਾ ਅੰਗਰੇਜ਼, ਇਹ ਪੂਰੀ ਦੁਨੀਆਂ 'ਤੇ ਵੇਖਿਆ ਜਾਏਗਾ। ਔਰ ਇਨਸ਼ਾਅੱਲਾ ਮੈਨੂੰ ਉਮੀਦ ਆ ਕਿ ਜਿੰਨੇ ਵੀ ਮੇਰੇ ਪਾਕਿਸਤਾਨੀ ਵੀਰ ਆ ਔਰ ਜਿੰਨੇ ਵੀ ਮੇਰੇ ਦੋਸਤ ਨੇ ਮੇਰੇ ਸੱਜਣ ਬੇਲੀ ਨੇ, ਕਹਿੰਦਾ ਮੈਨੂੰ ਜ਼ਰਾ ਦਿਖਾ ਇਹਦੀ ਤੋਰ, ਮੋਰਾਂ ਵਰਗੀ ਤੋਰ ਆ ਅੰਗਰੇਜ਼ ਦੀ, ਔਰ ਅੰਗਰੇਜ਼ ਦੁਨੀਆਂ ਦੇ ਵਿੱਚ ਖਾਣ ਵਾਸਤੇ ਤਿਆਰ ਹੈ। ਆਪਣਾ ਦੇਸ਼ ਪੰਜਾਬ ਟੀਵੀ 'ਤੇ, ਆਪਣਾ ਦੇਸ਼ ਪੰਜਾਬ ਟੀਵੀ ਅਲਹਮਦੁਲਿਲਾ ਦੁਨੀਆਂ ਦਾ ਗਵਾਹ ਟੀਵੀ ਹੈ ਔਰ ਇਨਸ਼ਾਅੱਲਾ ਬਹੁਤ ਅੱਛਾ ਯੂਟਿਊਬ ਦਾ ਟੀਵੀ ਹੈ। ਇੱਥੇ ਅਨਮੋਲ ਔਰ ਖੂਬਸੂਰਤ ਜਾਨਵਰ, ਗਾਵਾਂ ਮੱਝਾਂ ਵੱਛੇ ਵੱਛਿਆਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਜਨਾਬ ਮੈਂ ਲੈ ਕੇ ਆਉਂਦਾ ਰਹਿੰਦਾ। ਇਹ ਕੁਰਬਾਨੀ ਦਾ ਵੀ ਨਹੀਂ ਹੈ, ਇਹ ਕੁਰਬਾਨੀ ਦਾ ਵੀ ਨਹੀਂ ਹੈ, ਵਾਪਸ ਲੈ ਆਓ। ਇਹ ਕੁਰਬਾਨੀ ਵੀ ਕਰ ਸਕਦਾ ਜਿਸ ਬੰਦੇ ਨੇ ਦੀ ਕਰਨੀ ਹੈ। ਇਹ ਬਰੀਡਿੰਗ ਵਾਸਤੇ ਬਹੁਤ ਅੱਛਾ ਹੈ, ਅਜੇ ਮੂੰਹ 'ਚ ਚੌਗਾ ਹੈ ਔਰ ਬੜੀ ਇੱਕ ਨਾਯਾਬ ਚੀਜ਼ ਹੈ। ਮੇਰਾ ਕੈਮਰਾਮੈਨ ਪੂਰੀ ਤਸੱਲੀ ਕਰਦਾ ਪਿਆ, ਲਿਆਓ ਤੋੜ ਕੇ ਲਿਆਓ, ਇਹਨੂੰ ਤੋੜ ਕੇ ਲਿਆਓ, ਇੱਕ ਵਾਰੀ ਅੱਗੋਂ ਦਿਖਾ ਲਈਏ ਪੂਰਾ ਇਹਦਾ ਮੂੰਹ ਮੱਥਾ ਸਿੰਘ ਔਰ ਸਾਰਾ ਕੁਛ, ਸਾਰੀ ਲੋਕੇਸ਼ਨ ਮੇਰਾ ਕੈਮਰਾਮੈਨ ਤਸੱਲੀ ਦੇ ਨਾਲ ਤੁਹਾਨੂੰ ਇਸ ਗੁਲਾਬੀ ਅੰਗਰੇਜ਼ ਵੈੜੇ ਦੀ ਇੱਕ ਇੱਕ ਚੀਜ਼ ਦਿਖਾ ਰਿਹਾ ਹੈ। ਤਕਰੀਬਨ ਕੱਦ ਦਾ 5 ਫੁੱਟ ਦੇ ਕਰੀਬ ਹੈ ਔਰ ਅਜੇ ਚੌਗਾ ਹੈ ਮੂੰਹ ਤੋਂ, ਬਹੁਤ ਖੂਬਸੂਰਤ ਹੈ, ਲੈਂਥ ਵੀ ਚੰਗੀ ਲੰਮੀ ਆ ਔਰ ਸਾਰਾ ਕੁਛ ਮੇਰੇ ਕੈਮਰੇ ਨੇ ਤੁਹਾਨੂੰ ਇੱਕ ਇੱਕ ਚੀਜ਼ ਇਹ ਸਫੈਦ ਬਛੜੇ ਦੀ ਤੁਹਾਨੂੰ ਦਿਖਾਈ ਹੈ ਔਰ ਇਨਸ਼ਾਅੱਲਾ ਤੁਹਾਨੂੰ ਇਹ ਚੀਜ਼ ਪਸੰਦ ਆਏਗੀ। ਔਰ ਇਹ ਜਨਾਬ ਤੁਸੀਂ ਵੇਖਦੇ ਪਏ ਹੋ, ਥੋੜ੍ਹਾ ਜਿਹਾ ਕਲੋਜ਼ ਕਰੋ ਯਾਰ, ਕੈਮਰਾਮੈਨ ਸਾਹਿਬ ਨੂੰ ਕਲੋਜ਼ ਕਰੋ, ਇਹਨੂੰ ਕਲੋਜ਼ ਕਰਕੇ ਦਿਖਾਓ ਕਿ ਕਿਸੇ ਕਿਸਮ ਦੀ ਕੋਈ ਕਮੀ ਨਾ ਰਹਿ ਜਾਏ, ਕਿ ਮੇਰੇ ਦੋਸਤ ਨਾ ਕਹਿਣ ਕਿ ਇਹਦੀ ਲੱਤ ਨਹੀਂ ਪੂਰੀ ਆਈ ਸੀ, ਇਹਦਾ ਮੂੰਹ ਨਹੀਂ ਪੂਰਾ ਆਇਆ ਸੀ। ਇਹਨੂੰ ਹੋਰ ਕਲੋਜ਼ ਕਰੋ ਕਿ ਇਹਨੂੰ ਫੁੱਲ ਜਿਹੜਾ ਐਚ ਡੀ ਵਿੱਚ ਨਜ਼ਰ ਆਏ ਔਰ ਜਨਾਬ ਪੂਰਾ ਨਜ਼ਾਰਾ ਜਿਹੜਾ ਹੈ ਨਾ ਇਹ LED 'ਤੇ ਲੱਗਿਆ ਹੋਇਆ, ਲੋਕ ਕਹਿਣ ਕਿ ਵਾਕਈ ਯਾਰ ਅੱਜ ਕਿਸੇ ਨੇ ਕੋਈ ਚੀਜ਼ ਦਿਖਾਈ ਹੈ। ਮੈਂ ਬਾਬਾ ਜੀ ਨੂੰ ਸੱਦ ਲੈਣਾ, ਇਸ ਭਾਈ ਇਸ ਬੱਚੇ ਦੇ ਓਨਰ ਨੂੰ, ਉਹਨੂੰ ਇਹਦੇ ਮੁੱਲ ਪੁੱਛਣੇ ਨੇ, ਉਹਨੂੰ ਇਹਦੀਆਂ ਗੱਲਾਂ ਪੁੱਛਣੀਆਂ ਨੇ, ਜੋ ਵੀ ਹਿਸਾਬ ਕਿਤਾਬ, ਬਾਬਾ ਆਓ ਹਾਂ ਮੇਰੇ ਕੋਲ।
ਬੜੇ ਬੱਚੇ ਤੁਸੀਂ ਵੇਖਦੇ ਹੋ, ਬੜੀਆਂ ਗੱਲਾਂ ਤੁਸੀਂ ਕਰਦੇ ਹੋ, ਇਹ ਬੜੇ ਬੜੇ ਚੈਨਲ ਨੇ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਔਰ ਇਹ ਸਾਰਾ ਕੁਛ। ਬਾਬਾ ਜੀ ਕੀ ਹਾਲ ਹੈ? ਠੀਕ ਹੈ, ਅੱਲਾ ਦਾ ਸ਼ੁਕਰ ਹੈ। ਬਾਬਾ ਕੀ ਨਾਂ ਹੈ? ਸ਼ਾਹਸਵਾਰ ਪੱਟੀ। ਬਾਬਾ ਸ਼ਾਹਸਵਾਰ, ਬਾਬਾ ਸ਼ਾਹਸਵਾਰ ਤੇਰਾ ਬੱਚਾ ਕਿੰਨੀ ਉਮਰ ਦਾ? ਇਹ 3.5 ਸਾਲਾਂ ਦਾ। 3.5 ਸਾਲ ਦਾ? ਹਾਂਜੀ, ਹੋ ਗਿਆ ਬਲੈਕ। ਅੱਛਾ, ਇਹ ਦੱਸੋ ਕਿ ਇਹ ਬਾਬਾ 3.5 ਸਾਲ ਦਾ, ਇਹਦਾ ਮੁਹੱਬਤ ਪਿਆਰ ਵਾਲਾ ਮੁੱਲ ਦੱਸ ਇੱਕ ਵਾਰੀ ਬਸ। ਇਹਦੀ ਮੁੱਲ ਕੋਈ ਨੀ, ਲੇਕਿਨ ਮੁੱਲ ਦੱਸ। ਇਹਦਾ ਮੁੱਲ ਜਿੰਨਾ ਮਰਜ਼ੀ ਮੰਗੀ ਜਾਈਏ 18 ਲੱਖ, ਬਿਲਕੁਲ ਫਾਈਨਲ ਫਾਈਨਲ ਕਲੀਅਰ ਹੈ, ਫਾਈਨਲ ਕਲੀਅਰ। ਬਾਬਾ ਸ਼ਾਹਸਵਾਰ ਦਾ ਕਹਿਣਾ ਜੀ 18 ਲੱਖ ਰੁਪਇਆ ਮੇਰੇ ਇਸ ਵਛੜੇ ਦਾ ਮੁੱਲ ਹੈ, ਔਰ ਇਹ ਫਾਈਨਲ ਮੁੱਲ ਹੈ। ਮੈਂ ਬਰੀਡਿੰਗ ਵਾਸਤੇ ਵੀ ਦੇ ਸਕਦਾ, ਇਹ ਕੁਰਬਾਨੀ ਵਾਸਤੇ ਜਿਸ ਦੋਸਤ ਨੇ ਲੈਣਾ ਹੋਵੇ ਲੈ ਸਕਦਾ। ਉਮੀਦ ਆ ਕਿ ਮੇਰੀ ਅੱਜ ਜਿਹੜੀ ਵੀਡੀਓ ਆ ਤੁਹਾਨੂੰ ਬੇਹੱਦ ਪਸੰਦ ਆਈ ਹੋਵੇਗੀ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ, ਮਿਲਾਂਗੇ ਨਵੀਂ ਵੀਡੀਓ ਨਾਲ, ਅੱਲਾ ਨਿਗਹਿਬਾਨ।